ਹੋਰ ਮਨ ਕੀ ਬਾਤ ਵਿਚ ਅਗਲੀ ਖਬਰ ਇਹ ਹੈ ਸਾਬਕਾ ਰਾਜ ਸਭਾ ਮੈਂਬਰ ਐਮ ਏ ਖਾਨ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਜਿਹਨੇ ਨੇਕ ਦਿਲ ਮੁਸਲਮਾਨ ਨੇ ਸਭ ਕਾਂਗਰਸ ਤੋਂ ਅਸਤੀਫ਼ਾ ਦੇ ਰਹੇ ਨੇ ਕੁਛ ਮੂਰਖ ਸਿੱਖ ਕਾਂਗਰਸ ਟਿੱਕੇ ਹੋਏ ਨੇ ਚੰਨੀ ਵਰਗੇ ਗੁਰਸਿੱਖ ਨੂੰ ਘਰ ਬਿਠਾ ਤੇ ਮੂਰਖ ਅੱਗੇ ਆ ਗਏ ਨੇ ਚਾਹੇ ਉਹ ਵੜਿੰਗਾ ਤੇ ਚਾਹੇ ਤੁਹਾਡਾ ਖਹਿਰਾ ਤੇ ਚਾਹੇ ਕੋਈ ਬਹਿਰਾ ਤੇ ਕੋਈ ਮਹਿਰਾ ਭਾਰਤ ਵਿਸ਼ਵ ਦੇ ਲੁਟੇਰੇ ਕਾਂਗਰਸ ਚ ਨੇ ਰਾਹੁਲ ਮੇਰ ਮੂਰਖ ਏ ਤੇ ਸੋਨੀਆ ਵੀ ਮੂਰਖ ਏ ਸੋ ਮੈਂ ਚਾਹੁੰਦਾ ਕਿ ਜਿੰਨੇ ਨੇਕ ਦਿਲ ਮੁਸਲਮਾਨ ਨੇ ਉਹ ਮਿਲ ਕੇ ਕਾਂਗਰਸ ਬਣਾਉਣ ਤੇ ਉਹਦੇ ਵਿੱਚ ਨੇਕ ਦਿਲ ਇਨਸਾਨਾਂ ਨੂੰ ਲੈਣ ਚਾਹੇ ਉਹ ਹਿੰਦੂ ਹੋਣ ਜਾਂ ਕੋਈ ਮਤਲਬ ਦੇ ਹੋਣ ਤੇ ਅਗਲਾ ਪ੍ਰਾਈਮ ਮਿਨਿਸਟਰ ਸਾਡਾ ਦੇਸ਼ ਦਾ ਮੁਸਲਿਮ ਹੋਣਾ ਚਾਹੀਦਾ ਰਾਸ਼ਟਰਪਤੀ ਮੁਸਲਿਮ ਮੁਸਲਮਾਨ ਅਕੀਦੇ ਦੇ ਲੋਕ ਨੇ ਉਹ ਪੰਜ ਵਕਤ ਦੇ ਨਮਾਜ਼ੀ ਨੇ ਅਤੇ ਜ਼ਬਾਨ ਦੇ ਮਿੱਠੇ ਨੇ ਉਹਨਾਂ 'ਚ ਨਸ਼ਾ ਨਹੀਂ ਉਹਨਾਂ 'ਚ ਅਯਾਸ਼ੀ ਨਹੀਂ ਉਹਨਾਂ ਦੀ ਧੀ ਭੈਣ ਦੀ ਇੱਜ਼ਤ ਸੁਰੱਖਿਅਤ ਅਤੇ ਇਸ ਲਈ ਆਈ ਸਲੂਟ ਮੁਸਲਿਮਸ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਘੇਰੀ ਅਤੇ ਇਹ ਸਿਆਸੀ ਗੱਲਾਂ ਨੇ ਚੱਲਦੀਆਂ ਰਹਿਣੀਆਂ ਨੇ ਭਾਰਤ ਤੋਂ ਸਬਜ਼ੀਆਂ ਅਤੇ ਹੋਰ ਵਸਤਾਂ ਦੀ ਦਰਾਮਦ 'ਤੇ ਵਿਚਾਰ ਕਰ ਸਕਦਾ ਪਾਕਿਸਤਾਨ ਵਿੱਤ ਮੰਤਰੀ ਸਮਾਜ ਨੇ ਕਹੀ ਇਹ ਬੜੀ ਸਿਆਣੀ ਗੱਲ ਏ ਇਸ ਵੇਲੇ ਸਾਡੇ ਦੇਸ਼ ਦੀ ਇਕਾਨਮੀ ਸਟਰੋਂਗ ਏ ਅਤੇ ਕੋਸ਼ਿਸ਼ ਕਰਕੇ ਆਪਾਂ ਇਹਨਾਂ ਨੂੰ ਕੋਈ ਸਮਾਨ ਭਜਾਉਂਦੇ ਹਾਂ ਤਾਂ ਕਿ ਇਹਨਾਂ ਦੀ ਹੈਲਪ ਹੋ ਜਾਵੇ।